ਅੱਜ ਇਹ ਤਾਂ ਦੱਸਦੀ ਕਿ 182 ਸੀਟਾਂ ਦੇ ਵਿੱਚੋਂ ਭਾਜਪਾ ਨੇ ਰਿਕਾਰਡ ਤੋੜ ਜਿੱਤ ਹਾਸਲ ਕੀਤੀ ਹੈ 150 ਦੇ ਲਗਭਗ ਸੀਟ ਜਿਹੜੀ ਉਹ ਹਥਿਆ ਲਈ ਹੈ ਅਜੇ ਵੀ ਕੋਈ ਸੀਟਾਂ ਤੇ ਲੀਡ ਕਰਨੀ 155 ਦੇ ਆਸ-ਪਾਸ ਅੰਕੜਾ ਜਾ ਸਕਦਾ ਹੈ ਪਿਛਲੀਆਂ 2017 ਦੀਆਂ ਇਲੈਕਸ਼ਨਾਂ ਦੇ ਵਿੱਚ ਕਾਂਗਰਸ ਨੂੰ ਇਹ ਜਿ ਲੱਗਣ ਲੱਗਿਆ ਸੀ ਕਿ ਅਸੀਂ ਭਾਜਪਾ ਦੇ ਕਿਲੇ ਦੇ ਵਿੱਚ ਸਨ ਲਾ ਲਈ ਹੈ ਕਿਉਂਕਿ 1995 ਤੋਂ ਬਾਅਦ ਭਾਜਪਾ ਨੇ ਕਿਸੇ ਨੂੰ ਉੱਥੇ ਵੰਡ ਨਹੀਂ ਦਿੱਤਾ ਕਿ ਜਿੰਨਾ ਦਬਦਬਾ ਇਸ ਵੇਲੇ ਗੁਜਰਾਤ ਦਾ ਸਾਡੀ ਕੇਂਦਰ ਸਰਕਾਰ ਦੇ ਵਿੱਚ ਕੇਂਦਰ ਦੇ ਅਦਾਰਿਆਂ ਦੇ ਵਿੱਚ ਚਾਹੇ ਉਹ ਬੋਰਡ ਕ੍ਰਿਕਟ ਕੰਟਰੋਲ ਹੋਵੇ ਚਾਹੇ ਕੋਈ ਹੋਰ ਹੋਵੇ ਸਭ ਤੋਂ ਵੱਧ ਗੁਜਰਾਤ ਦਾ ਤਤਵਾਇਸ ਹੁੰਦੇ। ਤਕਰੀਬਨ ਤਕਰੀਬਨ 2 ਕਰੋੜ ਸਾਲਾਨਾ ਰੁਪਿਆ ਪੁੱਕਾ ਪੁੱਕਾ ਜਿਹੜਾ ਹੈ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਉਸ মিডিਆ ਹਾਊਸ ਤੋਂ ਜਾਂਦਾ ਹੈ। ਇਹ ਜਾਣਕਾਰੀ ਸ਼੍ਰੋਮਣੀ ਕਮੇਟੀ ਤੋਂ ਉਸ মিডিਆ ਹਾਊਸ ਨੇ ਦਿੱਤੀ ਹੈ। ਉਹਨਾਂ ਵੱਲੋਂ ਇਹ ਕਿਹਾ ਜਾਂਦਾ ਹੈ ਕਿ ਅਸੀਂ ਇਹ 2 ਕਰੋੜ ਦਿੰਦੇ ਆ ਤੇ ਜਿਹੜੇ ਸੈਟਲਾਈਟ ਡਿਸ਼ਸ ਦੇ ਉੱਪਰ ਜਾਂ ਪੀਡਸ ਦੇ ਉੱਪਰ ਜਾਂ ਕੇਬਲਸ ਦੇ ਉੱਪਰ ਜਿੱਥੇ-ਜਿੱਥੇ ਸਾਡਾ ਚੈਨਲ ਹੈ ਉੱਥੇ ਕੋਈ ਐਕਸਟਰਾ ਪੈਸੇ ਨਹੀਂ ਦੇਣੇ ਪੈਂਦੇ ਉਹ ਬੇਸਿਕ ਪੈਕੇਜ ਦੇ ਵਿੱਚ ਹੀ ਸ਼ਾਮਲ ਹੈ ਪਰ ਇਹ ਇਸ ਸੇਵਾ ਦੇ ਨਾਂ ਤੇ ਲੋਕਾਂ ਨੂੰ ਕੀ ਦਿੱਤਾ ਜਾ ਰਿਹਾ ਹੈ ਤੇ ਆਪ ਕੀ ਹਾਸਲ ਕੀਤਾ ਜਾ ਰਿਹਾ ਹੈ ਆਪ ਹਾਸਲ ਕੀਤੇ ਦੀ ਮੈਂ ਗੱਲ ਕਰਦਾ ਜਿਵੇਂ ਪਹਿਲਾਂ ਕਿਹਾ ਸੀ ਕਿ ਜੋ 5-10% ਵੀ ਜਾਣਦਾ ਨੇ ਸੋਸ਼ਲ ਮੀਡੀਆ ਟੂਲਸ ਦੇ ਬਾਰੇ ਉਹਨੂੰ ਪਤਾ ਹੈ ਕਿ ਇਸ ਤੋਂ ਕੀ ਮਿਲ ਸਕਦਾ ਹੈ ਤੇ ਕੀ ਨਹੀਂ ਮਿਲ ਸਕਦਾ ਕ੍ਰੋਮੀ ਕੋਤਰਾ ਪ੍ਰਬੰਧਕ ਕਮੇਟੀ ਨੇ ਦਾਵਾ ਕੀਤਾ ਹੈ ਕਿ ਬਹੁਤ ਸਾਰੇ ਪ੍ਰਾਈਵੇਟ ਲੋਕ ਸਾਡੀ ਆਡੀਓ ਫੀਡ ਚੁੱਕ ਕੇ ਉਸ ਦੇ ਉੱਪਰ ਆਪਣੀਆਂ ਫੋਟੋਆਂ ਜਾਂ ਹੋਰ ਵੀਡੀਓ ਲਾ ਕੇ ਸ਼੍ਰੀ ਦਵਾਰ ਸਾਹਿਬ ਅਪਰਸਰ ਤੋਂ ਪ੍ਰਸਾਰਿਤ ਹੁੰਦੇ ਗੁਰਬਾਣੀ ਦੇ ਧਾਰਮਿਕ ਸਮਾਗਮਾਂ ਨੂੰ ਤੇ ਜਾਂ ਲਾਈਵ ਕੀਰਤਨ ਨੂੰ ਜਾਂ ਹੋਰ ਜੋ ਵੀ ਪ੍ਰਵਾਹ ਗੁਰਬਾਣੀ ਦਾ ਜੋ ਚੱਲਦਾ ਹੈ ਉਸ ਨੂੰ ਆਪਣੀ ਰਿਸੋਰਸਸ ਦੇ ਵਿੱਚ ਐਡਵਰਟਾਈਜ਼ਮੈਂਟ ਲਗਾ ਕੇ ਹੋਰ ਕੋਈ ਐਡਵਰਟਾਈਜ਼ਮੈਂਟ ਡਿਸਪਲੇ ਕਰਕੇ ਸਕਰੀਨ ਤੇ ਉਸ ਤੋਂ ਲੱਖਾਂ ਕਰੋੜਾ ਰੁਪਏ ਕਮਾ ਰਹੇ ਨੇ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪੰਜਾਬੀ ਨੈਸ਼ਨਲ ਟੀਵੀ ਪ੍ਰੋਗਰਾਮ ਹੈ ਜੀ ਵਿਚਾਰ ਚਰਚਾ ਹਰ ਰੋਜ਼ ਦੀ ਤਰ੍ਹਾਂ ਗੱਲ ਕਰਾਂਗੇ ਅੱਜ ਦੇ ਦਿਨ ਦੀਆਂ ਕੁਝ ਖਾਸ ਖਬਰਾਂ ਤੇ ਆਪਣੇ ਮਾਹਿਰ ਮਹਿਮਾਨ ਕੁਲਦੀਪ ਸਿੰਘ ਹੀਰ ਹੋਰਾ ਦੇ ਨਾਲ ਸਤਿ ਸ਼੍ਰੀ ਅਕਾਲ ਹੀਰ ਸਾਹਿਬ ਸਵਾਗਤ ਕਰਦੇ ਹਾਂ ਜੀ ਪ੍ਰੋਗਰਾਮ 'ਚ ਤੁਹਾਡਾ ਸਤਿ ਸ਼੍ਰੀ ਅਕਾਲ ਸਬ린 ਸਾਰੇ ਦਰਸ਼ਕਾਂ ਨੂੰ ਵੀ ਸਤਿ ਸ਼੍ਰੀ ਅਕਾਲ ਜੀ ਅੱਜ ਦੇ ਦਿਨ ਦੀ ਸਭ ਤੋਂ ਵੱਡੀ ਖਬਰ ਹੈ ਜੀ ਗੁਜਰਾਤ ਦੇ ਨਤੀਜੇ ਤੇ ਹਿਮਾਚਲ ਦੇ ਨਤੀਜੇ ਭਾਵੇਂ ਪੰਜਾਬ ਦੇ ਵਿੱਚ ਬਹੁਮਤ ਦੇ ਨਾਲ ਆਮ ਆਦਮੀ ਪਾਰਟੀ ਨੇ ਸਰਕਾਰ ਬਣਾਈ ਪਰ ਗੁਜਰਾਤ ਦੀ ਗੱਲ ਪਹਿਲਾਂ ਕਰ ਲਈਏ ਜਿੱਥੇ ਸਾਰੀ ਬਜ਼ਾਰਤ ਜਾ ਕੇ ਬੈਠੀ ਹੋਈ ਸੀ ਉੱਥੇ ਵੀ ਹਾਲਤ ਬੜੀ ਪਤਲੀ ਰਹਿ ਗਈ ਤੇ ਜੇ ਹਿਮਾਚਲ ਦੀ ਗੱਲ ਕਰੀਏ ਤੇ ਹਿਮਾਚਲ ਦੇ ਵਿੱਚ ਤੇ ਖਾਤਾ ਵੀ ਨਹੀਂ ਖੁੱਲਿਆ ਕੀ ਕਾਰਨ ਰਹਿ ਕੇ ਆਮ ਆਦਮੀ ਪਾਰਟੀ ਇੰਨੀ ਪਿੱਛੇ ਰਹਿ ਗਈ ਕਿਉਂਕਿ ਰੌਲਾ ਗੋਲਾ ਤਾਂ ਬੜਾ ਸੀ ਪਹਿਲਾਂ ਆਮ ਆਦਮੀ ਪਾਰਟੀ ਪਿੱਛੇ ਵਾਕਿਆ ਰਹਿ ਗਈ ਹੈ ਇਸ ਵਿੱਚ ਕੋਈ ਸ਼ੱਕ ਨਹੀਂ ਅਰਵਿੰਦ ਕੇਜਰੀਵਾਲ ਨੇ ਇੱਕ ਕੰਮ ਫੜਿਆ ਹੋਇਆ ਕੋਈ ਸਮੇਂ ਤੋਂ ਉਹ ਕਿਸੇ ਚੈਨਲ ਨਾਲ ਗੱਲਬਾਤ ਕਰਦੇ ਜਾਂ ਕਿਤੇ ਹੋਰ ਜਾਂਦੇ ਇੰਟਰਵਿਊ ਦੇ ਵਿੱਚ ਇੱਕ ਕਾਗਜ਼ੀ ਦਾ ਟੁਕੜਾ ਚੁੱਕਦੇ ਨੇ ਤੇ ਉੱਤੇ ਕਹਿੰਦੇ ਨੇ ਆ ਮੈਂ ਲਿਖ ਦਿੱਤਾ ਇਹ ਲਿਖਿਆ ਮੇਰਾ ਦੇਖ ਲਓ ਫੁਲਾਨਾ ਵੀ ਹਾਰ ਰਿਹਾ ਫੁਲਾਨਾ ਵੀ ਹਾਰ ਰਿਹਾ ਸਾਨੂੰ ਇੰਨੀ ਸੀਟਾਂ ਮਿਲ ਰਹੀਆਂ ਇੱਕ ਦੋ ਵਾਰੀ ਤੇ ਸੱਚ ਹੋ ਗਿਆ ਪੰਜਾਬ ਦੇ ਵਿੱਚ ਉਹਨਾਂ ਦੀ ਭੁਵਿੱਖ ਬਾਣੀ ਪਹਿਲੀਆਂ ਜੋ 2017 ਦੀਆਂ ਚੋਣਾਂ ਸੀ ਉਹਨਾਂ ਵਿੱਚ ਬੁਰੀ ਤਰ੍ਹਾਂ ਫੇਲ ਹੋਈ ਐਸ ਵਾਰੀ ਕਾਮਯਾਬ ਹੋ ਗਏ ਉਹ ਕੀ ਭੁਵਿੱਖ ਬਾਣੀ ਸੀ ਕਹਿੰਦੇ ਸੀ ਲਿਖ ਕੇ ਲੈ ਲਓ ਚਨਜੀਤ ਸਿੰਘ ਚੰਨੀ ਦੋਵੇਂ ਸੀਟਾਂ ਤੋਂ ਹਾਰ ਰਹੇ ਨੇ ਇਹ ਉਹਨਾਂ ਨੇ ਕਿਹਾ ਸੀ ਉਹ ਗੱਲ ਸੱਚ ਸਾਬਤ ਹੋ ਗਈ ਅੱਗੇ ਚਲਦੇ ਹਾਂ ਗੁਜਰਾਤ ਦੇ ਵਿੱਚ ਦਾਵਿਆਂ ਦੀ ਫੂਕ ਕਿਵੇਂ ਨਿਕਲੀ ਤੇ ਕਿਉਂ ਨਿਕਲੀ ਇਹਦੀ ਗੱਲ ਅਸੀਂ ਕਰਦੇ ਹਾਂ ਪਹਿਲਾਂ ਤਾਂ ਦੱਸ ਦਈਏ ਕਿ 182 ਸੀਟਾਂ ਦੇ ਵਿੱਚੋਂ ਭਾਜਪਾ ਨੇ ਰਿਕਾਰਡ ਤੋੜ ਜਿੱਤ ਹਾਸਲ ਕੀਤੀ ਹੈ 150 ਦੇ ਲਗਭਗ ਸੀਟ ਜਿਹੜੀ ਉਹ ਹਥਿਆ ਲਈ ਹੈ ਅਜੇ ਵੀ ਕੋਈ ਸੀਟਾਂ ਤੇ ਲੀਡ ਕਰਨ ਨਹੀਂ 155 ਦੇ ਆਸ-ਪਾਸ ਅੰਕੜਾ ਜਾ ਸਕਦਾ ਹੈ ਪ੍ਰੋਗਰਾਮ ਰਿਕਾਰਡ ਕੀਤੇ ਜਾਣ ਤੱਕ ਭਾਰਤੀ ਜਨਤਾ ਪਾਰਟੀ ਤੋਂ ਇਲਾਵਾ ਦੂਸਰੇ ਨੰਬਰ ਦੀ ਪਾਰਟੀ ਜਿਹੜੀ ਪਿਛਲੇ ਵਾਰੀ ਸੀ 90 ਸੀਟਾਂ ਦੇ ਨਾਲ ਕਾਂਗਰਸ ਬਹੁਤ ਵੱਡਾ ਘਾਟਾ ਉਹਨਾਂ ਨੂੰ ਪਿਆ ਤੇ 16 ਸੀਟਾਂ ਤੇ ਰਹਿ ਗਏ ਨੇ ਸਮਾਜਵਾਦੀ ਪਾਰਟੀ ਵੀ ਇੱਕ ਸੀਟ ਲੈ ਗਈ ਹੈ ਆਜ਼ਾਦ ਉਮੀਦਵਾਰ ਵੀ ਦੋ ਤਿੰਨ ਜਿੱਤੇ ਨੇ ਤੇ ਆਮ ਆਦਮੀ ਪਾਰਟੀ ਪੰਜ ਸੀਟਾਂ ਜਿਹੜੀਆਂ ਆ ਉਹ ਹਾਸਲ ਕਰਨ ਦੇ ਵਿੱਚ ਕਾਮਯਾਬ ਹੋ ਗਈ ਹੈ ਗੁਜਰਾਤ ਦੇ ਵਿੱਚ ਬਾਕੀਆਂ ਤੇ ਸਾਰਿਆਂ ਤੇ ਆਸਾਂ ਤੇ ਝਾੜੂ ਫਿਰ ਗਿਆ ਜਾਂ ਪਾਣੀ ਫਿਰ ਗਿਆ ਹੁਣ ਪਰਸੈਂਟੇਜ ਦੀ ਗੱਲ ਕਰਦੇ ਹਾਂ ਭਾਰਤੀ ਜਨਤਾ ਪਾਰਟੀ ਨੇ 52 52% ਦੀ ਵੋਟਾਂ ਹਾਸਲ ਕੀਤੀਆਂ ਨੇ ਗੁਜਰਾਤ ਵਿੱਚ ਕਾਂਗਰਸ ਨੂੰ ਮਿਲੀਆਂ ਨੇ 27% ਤੇ ਆਮ ਆਦਮੀ ਪਾਰਟੀ ਨੂੰ ਤਕਰੀਬਨ 13% ਦੀ ਵੋਟਾਂ ਜਿਹੜੀਆਂ ਨੇ ਉੱਥੇ ਮਿਲ ਗਈਆਂ ਨੇ ਕੇਜਰੀਵਾਲ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਦੇ ਹੋਰ ਵੱਡੇ ਅਹੁਦੇਦਾਰ ਇਹ ਦਾਵਾ ਕਰਦੇ ਸੀ ਕਿ ਬਹੁਤ ਹੈਰਾਨੀਜਨਕ ਨਤੀਜੇ ਹੋਣਗੇ ਤੇ ਐਗਜ਼ਿਟ ਪੋਲ ਝੂਠੇ ਸਾਬਤ ਹੋ ਜਾਣਗੇ ਪਰ ਸਭ ਕੁਝ ਹੀ ਝੂਠਾ ਸਾਬਤ ਹੋਇਆ ਆਮ ਆਦਮੀ ਪਾਰਟੀ ਦੇ ਦਾਅਵੇ ਵੀ ਤੇ ਜਿਹੜੇ ਹੋਰ ਨਾ ਪਾਰਟੀਆਂ ਦੇ ਕੀਤੇ ਹੋਏ ਸੀ ਕਿ ਜਿੰਨਾ ਹੋਰ ਨਾ ਆਗੂਆਂ ਦੇ ਕਿ ਜੇ ਇਸ ਇਸ ਇੱਥੇ ਆਮ ਆਦਮੀ ਪਾਰਟੀ ਜਿਹੜੀ ਆ ਬਾਜ਼ੀ ਮਾਰ ਸਕਦੀ ਹੈ ਕੋਈ ਗੱਲ ਹੋਈ ਨਹੀਂ ਹੁਣ ਗੁਜਰਾਤ ਦੇ ਵਿੱਚ ਇੰਨੀਆਂ ਜ਼ਿਆਦਾ ਸੀਟਾਂ ਹਾਸਲ ਕਰ ਲੈਣੀਆਂ ਇਹ ਇਤਿਹਾਸਿਕ ਨੇ ਨਰਿੰਦਰ ਮੋਦੀ ਦੀ ਸਟੇਟ ਹੈ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਨੇ ਕਿਹਾ ਕਿ ਨਰਿੰਦਰ ਨੂੰ ਵੀ ਪਛਾੜ ਕੇ ਭੁਪਿੰਦਰ ਜਿਹੜੇ ਨੇ ਉਹਨਾਂ ਨੇ ਰਿਕਾਰਡ ਕਾਇਮ ਕਰ ਦਿੱਤਾ ਹੈ ਵਾਕਿਆ ਕਰ ਦਿੱਤਾ ਹੁਣ ਕਾਂਗਰਸ ਜਿਹੜੀ ਹੈ 1990 ਦੇ ਵਿੱਚ ਉਹਨੂੰ ਇੱਕ ਵਾਰੀ 33 ਸੀਟਾਂ ਆਈਆਂ ਸੀ ਉਸ ਤੋਂ ਬਾਅਦ ਇਹ ਸਭ ਤੋਂ ਮਾੜੀ ਕਾਰਜਕਾਰੀ ਹੁਣ ਤੱਕ ਦੀ ਹੈ ਹੁਣ ਚੀਫ ਮਿਨਿਸਟਰ ਨਰਿੰਦਰ ਮੋਦੀ ਨੇ 2002 ਦੇ ਵਿੱਚ ਇੱਥੋਂ 127 ਸੀਟਾਂ ਜਿੱਤੀਆਂ ਸੀ ਤੇ 155 ਤੇ ਪਹਿਲੀ ਵਾਰੀ ਆ ਰਹੀਆਂ ਨੇ ਭਾਰਤੀ ਜਨਤਾ ਪਾਰਟੀ ਨੇ ਗੁਜਰਾਤ ਵਿੱਚ ਤਿੰਨ ਰਿਕਾਰਡ ਅੱਜ ਬਣਾ ਦਿੱਤੇ ਨੇ ਸਭ ਤੋਂ ਵੱਧ ਸੀਟਾਂ ਸਭ ਤੋਂ ਵੱਧ ਵੋਟ ਸ਼ੇਅਰ ਤੇ ਸਭ ਤੋਂ ਵੱਡੀ ਲੀਡ ਸਟੇਟ ਦੀਆਂ ਪੁਲਿਸ ਦੇ ਵਿੱਚ ਹੁਣ ਪਿਛਲੀਆਂ 2017 ਦੀਆਂ ਇਲੈਕਸ਼ਨਾਂ ਦੇ ਵਿੱਚ ਕਾਂਗਰਸ ਨੂੰ ਇਹ ਜਿ ਲੱਗਣ ਲੱਗਿਆ ਸੀ ਕਿ ਅਸੀਂ ਭਾਜਪਾ ਦੇ ਕਿਲੇ ਦੇ ਵਿੱਚ ਸਨ ਲਾ ਲਈ ਹੈ ਕਿਉਂਕਿ 1995 ਤੋਂ ਬਾਅਦ ਭਾਜਪਾ ਨੇ ਕਿਸੇ ਨੂੰ ਉੱਥੇ ਵੰਡ ਨਹੀਂ ਦਿੱਤਾ ਕਾਂਗਰਸ ਲਾਗੇ ਸ਼ਾਕੀ ਵੀ ਨਹੀਂ ਆਈ 2017 ਦੇ ਵਿੱਚ ਭਾਜਪਾ ਨੇ 99 ਸੀਟਾਂ ਲਈਆਂ ਸੀ 182 ਚੋਂ ਕਾਂਗਰਸ ਨੇ 77 ਤੇ ਇੱਕ ਜਿਹੜੀ ਸੀ ਐਨਸੀਪੀ ਨੇ ਜਿੱਤੀ ਸੀ ਭਾਰਤੀ ਟ੍ਰੈਵਲ ਪਾਰਟੀ ਤੇ ਇੱਕ ਅੱਧੀ ਕੋਈ ਹੋਰ ਵੀ ਸੀ ਹੁਣ ਇਸ ਵਾਰੀ ਕੁਝ ਚਿਹਰੇ ਜਿਹੜੇ ਸੀ ਕਾਂਗਰਸ ਬਨੋ ਜਗਨੇਸ਼ ਮਹਿਬਾਨੀ ਜਿਹੜੇ ਵੱਡੇ ਦਲੇ ਤੱਕ ਨੂੰ ਉਹ ਤੇ ਭਾਵੇਂ ਆਪਣੀ ਸੀਟ ਜਿੱਤ ਗਏ ਨੇ ਪਰ ਬਾਕੀਆਂ ਤੇ ਮੂੰਹ ਦਿਖਾਣੀ ਪਈ ਐ ਭਾਰਤੀ ਜਨਤਾ ਪਾਰਟੀ ਹਰ ਜਗ੍ਹਾ ਤੇ ਗੁਜਰਾਤ ਦੇ ਵਿੱਚ ਹੁੰਝਾ ਫੇਰ ਗਈ ਐ ਆਮ ਆਦਮੀ ਪਾਰਟੀ ਨੇ ਐਗਜ਼ਿਟ ਪੋਲ ਨੂੰ ਵੀ ਨਕਾਰਿਆ ਸੀ ਸੁਵਲੀਨ ਮੈਂ ਇੱਥੇ ਦੱਸਣਾ ਚਾਹਾਂਗਾ ਕਿ ਚੋਣ ਨਤੀਜੇ ਆਉਣ ਤੋਂ ਇੱਕ ਦਿਨ ਪਹਿਲਾਂ ਵੀ ਭਾਰਤੀ ਜਨਤਾ ਪਾਰਟੀ ਤੋ ਦਰਦਿਆਂ ਨੇ ਜਾਂ ਜੇ ਕਿਸੇ ਹੋਰ ਗੱਲ ਤੋਂ ਜਾਂ ਉਹਨਾਂ ਦੇ ਦਾਅਵਿਆਂ ਨੂੰ ਨਕਾਰਦੇ ਹੋਏ ਆਮ ਆਦਮੀ ਪਾਰਟੀ ਨੇ ਆਪਣੇ ਸਾਰੇ ਅਬਜ਼ਰਵਰ ਸਾਰੇ ਮੰਤਰੀ ਸਾਰੇ ਐਮਐਲਏ ਤਕਰੀਬਨ ਪੰਜਾਬ ਦੇ ਵਿੱਚੋਂ ਵੀ ਖਿੱਚ ਕੇ ਉੱਥੇ ਬੁਲਾ ਲਏ ਸੀ ਕਿ ਆ ਜਾਓ ਇੱਥੇ ਸਾਡਾ ਹੁਣ ਕੰਮ ਹੈ ਤੇ ਇੱਥੇ ਸੀਟਾਂ ਦਾ ਜੇ ਮਾੜਾ-ਮੋਟਾ ਰੌਲਾ ਪੈਂਦਾ ਤੇ ਸਾਨੂੰ ਪ੍ਰਬੰਧ ਕਰਨਾ ਪਏਗਾ ਬੰਦਿਆਂ ਨੂੰ ਕਾਬੂ ਕਰਨ ਲਈ ਹੁਣ ਆਮ ਆਦਮੀ ਪਾਰਟੀ ਇੱਥੋਂ ਜਿਹੜੀ ਹੈ ਉਹ ਪਿੱਛੇ ਰਹਿ ਗਈ ਹੈ ਪਰ 5 ਸੀਟਾਂ ਹਾਸਲ ਕਰ ਲੈਣੀਆਂ ਤੇ ਕੇਜਰੀਵਾਲ ਨੇ ਇਕ ਹੈ ਕਿ ਅਸੀਂ ਭਾਜਪਾ ਦਾ ਕਿੱਲੇ ਦੇ ਵਿੱਚ ਸਨ ਲਾਉਂਚ ਸਫਲ ਹੋ ਗਏ ਆ ਇਸ ਵਾਰੀ ਨਹੀਂ ਸਹੀ ਅਗਲੀ ਵਾਰੀ ਸਹੀ ਹੁਣ ਗੱਲ ਕਰਦੇ ਆ ਹਿਮਾਚਲ ਦੀ ਹਿਮਾਚਲ ਦੇ ਵਿੱਚ ਤਕਰੀਬਨ ਇਹ ਰਿਕਾਰਡ ਜ ਹੈ ਕਿ ਇਸ ਤਰ੍ਹਾਂ ਟੁੱਟਮੀ ਭਜਮੀ ਜੀ ਸਰਕਾਰ ਮਿਲੀ ਜੁੜੀ ਸਰਕਾਰ ਬਣਾਉਣ ਦਾ ਕਦੇ ਹਿਮਾਚਲ ਵਾਲਿਆਂ ਨੇ ਇਸ ਤਰ੍ਹਾਂ ਦਾ ਕੰਮ ਨਹੀਂ ਕੀਤਾ ਜਿਸ ਨੂੰ ਦਿੰਦੇ ਨੇ ਬਹੁਤ ਤਕਰੀਬਨ ਤਕਰੀਬਨ ਵਧੀਆ ਬਹੁਮਤ ਦਿੰਦੇ ਨੇ ਭਾਰਤੀ ਜਨਤਾ ਪਾਰਟੀ ਬੀਰ ਭਦਰ ਸਿੰਘ ਤੋਂ ਬਾਅਦ ਉੱਥੇ ਸਰਕਾਰ ਬਣਾ ਰਹੀ ਸੀ ਦੋ ਵਾਰੀ ਲਗਾਤਾਰ ਤੇ ਇਸ ਵਾਰੀ ਉਹਨਾਂ ਨੂੰ ਹਾਰ ਦਾ ਸਾਹਮਣਾ ਜਿਹੜਾ ਕਰਨਾ ਪਿਆ ਆਮ ਆਦਮੀ ਪਾਰਟੀ ਨੇ ਪਹਿਲਾਂ ਪਹਿਲਾਂ ਵੀ ਇੱਥੇ ਕਾਫੀ ਜ਼ੋਰ ਲਾਇਆ ਸੀ ਉਹ ਦੀ ਅਸੀਂ ਗੱਲ ਕਰਦੇ ਹਾਂ ਕਿ ਭਾਰਤੀ ਜਨਤਾ ਪਾਰਟੀ ਨੂੰ ਇੱਥੇ ਕੀ ਮਿਲਿਆ ਤੇ ਕਾਂਗਰਸ ਨੂੰ ਕੀ ਮਿਲਿਆ ਤੁਸੀਂ ਦੇਖੋ ਜਿੰਨੀਆਂ ਸੀਟਾਂ ਹੁਣ ਤੱਕ ਆਈਆਂ ਨੇ 68 ਸੀਟਾਂ ਨੇ ਸਾਰੀਆਂ ਹਿਮਾਚਲ ਵਿਧਾਨ ਸਭਾ ਦੀਆਂ ਬਿਰਲੀ ਵਾਦੀ ਹੈ ਥੋੜੀਆਂ ਸੀਟਾਂ ਨੇ ਛੋਟਾ ਪ੍ਰਦੇਸ਼ ਹੈ ਇਸ ਦੀਆਂ 68 ਸੀਟਾਂ ਦੇ ਵਿੱਚੋਂ 25 ਸੀਟਾਂ ਜਿਹੜੀਆਂ ਨੇ ਭਾਜਪਾ ਦੇ ਪੱਲੇ ਪਈਆਂ ਨੇ 3000 ਆਜ਼ਾਦ ਜਿੱਤ ਗਏ ਨੇ ਤੇ 40 ਸੀਟਾਂ ਤੇ ਕਾਂਗਰਸ ਜਿਹੜੀ ਐ ਉਹ ਜਿੱਤ ਹਾਸਲ ਕਰਦੀ ਵੇਖੀ ਗਈ ਹੈ ਜਿੱਤ ਹਾਸਲ ਕਰਨ ਤੋਂ ਬਾਅਦ ਸਾਰੇ ਉਮੀਦਵਾਰਾਂ ਨੂੰ ਚੰਡੀਗੜ੍ਹ ਬੁਲਾਇਆ ਗਿਆ ਉਧਰੇ ਥਾਂ ਤੇ ਉਹਨਾਂ ਨਾਲ ਬੈਠ ਕੇ ਗੱਲਬਾਤ ਹੋਵੇਗੀ ਜਿੰਨੇ ਅਬਜ਼ਰਵਰ ਨਿਯੁਕਤ ਕੀਤੇ ਗਏ ਨੇ ਛਤੀਸਗੜ੍ਹ ਦੇ ਮੁੱਖ ਮੰਤਰੀ ਦੇ ਜਹਾਜ਼ ਹੋਰ ਆਸੇ-ਪਾਸੇ ਦੇ ਜਾਂ ਪੰਜਾਬ ਦੇ ਜਿਹੜੇ ਆਗੂ ਸੀ ਉਹ ਇਸ ਵੇਲੇ ਚੰਡੀਗੜ੍ਹ ਦੇ ਵਿੱਚ ਜਿੱਤ ਦੇ ਜਸ਼ਨ ਮਨਾ ਰਹੇ ਨੇ ਤੇ ਪੰਜਾਬ ਦੇ ਆਗੂ ਵੀ ਭੰਗੜੇ ਪਾਉਂਦੇ ਵੇਖੇ ਗਏ। ਹਿਮਾਚਲ ਦੀ ਜਿੱਤ ਤੇ ਚਲੋ ਛੁੱਟੀਆਂ 'ਚ ਜਾਣਾ ਵੀ ਹੁੰਦਾ ਹੈ ਹਿਮਾਚਲ ਦੇ ਵਿੱਚ। ਗਰਮੀਆਂ ਦੇ ਵਿੱਚ ਵਧੀਆ ਜਗ੍ਹਾ ਹੈ ਸਾਰੇ ਜਾਣਦੇ ਨੇ। ਹੁਣ ਗੱਲ ਕਰਦੇ ਹਾਂ ਕਿ ਆਮ ਆਦਮੀ ਪਾਰਟੀ ਕਿੱਥੇ ਰਹੀ ਹੈ ਇੱਥੇ ਤੇ ਕਾਂਗਰਸ ਨੇ ਕਿਸ ਤਰ੍ਹਾਂ ਇਸ ਕਿਲੇ ਨੂੰ ਤੋੜ ਲਿਆ। ਕਾਂਗਰਸ ਨੇ ਭਾਜਪਾ ਦੀ ਜੋ ਐਂਟੀ-ਇੰਕੰਮਬੈਸੀ ਵੋਟ ਸੀ ਉਸ ਨੂੰ ਪੂਰੀ ਤਰ੍ਹਾਂ ਕੈਪਚਰ ਕੀਤਾ ਠੀਕ ਉਸੇ ਤਰ੍ਹਾਂ ਜਿਦਾ 2017 ਦੇ ਵਿੱਚ ਪੰਜਾਬ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਦੋਵਾਰੀ ਦੀ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਦੀ ਵਿਰੋਧਤਾ ਨੂੰ ਆਪਣੇ ਹੱਕ ਵਿੱਚ ਕਰ ਲਿਆ ਸੀ ਚਾਹੁੰਦਾ ਹੈ ਪੰਜਾਬ ਕੈਪਟਨ ਦੀ ਸਰਕਾਰ ਕਰਕੇ ਭਾਜਪਾ ਹਾਰ ਗਈ ਹੈ ਉਹਨਾਂ ਨੇ ਜਿੱਤ ਉਹਨਾਂ ਨੇ ਹਾਰ ਕਬੂਲ ਕਰ ਲਈ ਐਸਤੀਫਾ ਦੇ ਦਿੱਤਾ ਹੈ ਤੇ ਕਾਂਗਰਸ ਵਾਲੇ ਜਿਹੜੇ ਨੇ ਇਸ ਵੇਲੇ ਨਵਾਂ ਮੁੱਖ ਮੰਤਰੀ ਬਣਾਉਣ ਦੀ ਤਿਆਰੀ ਵਿੱਚ ਲੱਗੇ ਹੋਏ ਨੇ ਆਮ ਆਦਮੀ ਪਾਰਟੀ ਨੇ ਪਹਿਲਾਂ ਇੱਥੇ ਬਹੁਤ ਜ਼ੋਰ ਲਾਇਆ ਤੇ ਇੱਥੇ ਇੰਚਾਰਜ ਲਾਇਆ ਗਿਆ ਸੀ ਸਤਿੰਦਰ ਜੈਨ ਜੋ ਇਸ ਵੇਲੇ ਜੇਲ੍ਹ ਵਿੱਚ ਬੰਦ ਨੇ ਉਹਨਾਂ ਨੂੰ ਫਿਰ ਪਿੱਛੇ ਜਾਣਾ ਪੈ ਗਿਆ ਤੇ ਇੱਥੇ ਫਿਰ ਨਵੇਂ ਅਬਜ਼ਰਵਰ ਗਰਾ ਲਾਉਣੇ ਪਏ ਤੇ ਅਖੀਰ ਦੇ ਵਿੱਚ ਇਹ ਕਹਿ ਸਕਦੇ ਆ ਕਿ ਆਮ ਆਦਮੀ ਪਾਰਟੀ ਦਾ ਬਹੁਤਾ ਧਿਆਨ ਵੀ ਨਹੀਂ ਸੀ ਹਿਮਾਚਲ ਵੱਲ ਤੇ ਉਹਨਾਂ ਨੂੰ ਪਤਾ ਲੱਗ ਗਿਆ ਕਿ ਚੁੱਕਾ ਸੀ ਮੈਂ ਇੱਥੇ ਕੁੜੀ ਜੀ ਪੰਜਾਬ ਕਾਂਗਰਸ ਦੀ ਵੀ ਗੱਲ ਕਰਨੀ ਆ ਜੋ ਹਿਮਾਚਲ ਦੀ ਇਹਨਾਂ ਦੀ ਸ਼ਾਨਦਾਰ ਪਰਫਾਰਮੈਂਸ ਰਹੀ ਹੈ ਉਸ ਤੋਂ ਬਾਅਦ ਪ੍ਰਤਾਪ ਸਿੰਘ ਬਾਜਵਾ ਬੋਲੇ ਨੇ ਰਾਜਾ ਵੜਿੰਗ ਬੋਲੇ ਨੇ ਕਹਿੰਦੇ ਵੀ ਇਸੇ ਤਰ੍ਹਾਂ ਦੀ ਸ਼ਾਨਦਾਰ ਵਾਪਸੀ ਅਸੀਂ ਪੰਜਾਬ ਦੇ ਵਿੱਚ ਵੀ ਕਰਨੀ ਹੈ ਕੀ ਸੰਭਵ ਹੈ ਇਹ ਲੌਂਗ ਸ਼ਾਟ ਹੈ ਬਹੁਤ ਦੂਰ ਦੀ ਕਹਾਣੀ ਹੈ ਜਹਾਂ ਪੇ ਸ਼ਾਨਦਾਰ ਵਾਪਸੀ ਕਰਨੀ ਅਜੇ ਤੇ 4.5 ਸਾਲ ਪਏ ਨੇ ਹੁਣੇ ਕਿੱਥੋਂ ਵਾਪਸੀ ਹੋ ਜਾਉ ਥੋੜੀ ਜੀ ਗੱਲ ਮੈਂ ਕਰ ਲਵਾਂ ਕਿ ਆਮ ਆਦਮੀ ਪਾਰਟੀ ਨੂੰ ਕੀ ਮਿਲਿਆ ਸਿਰਫ 1% ਦੀ ਵੋਟ ਮਿਲੀ ਹੈ ਹਿਮਾਚਲ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੂੰ 43% ਦੀ ਮਿਲੀ ਹੈ ਤੇ 43.9% ਦੀ ਜਿਹੜੀ ਕਾਂਗਰਸ ਨੂੰ ਮਿਲੇਗੀ ਸੋ ਵੋਟ ਸ਼ੇਅਰ ਬਹੁਤ ਥੋੜਾ ਪਰ ਸੀਟਾਂ ਜਿਹੜੀ ਹੈ ਕਾਂਗਰਸ ਵੱਧ ਲੈ ਗਈ ਜੀ ਜਿਹੜੀ ਗੱਲ ਤੁਸੀਂ ਕੀਤੀ ਹੈ ਕਿ ਪੰਜਾਬ ਦੇ ਵਿੱਚ ਉਹਨਾਂ ਨੇ ਕਿਹੜੇ ਦਾਅਵੇ ਨਾਲ ਕਹਿ ਦਿੱਤਾ ਪੰਜਾਬ ਵਿੱਚ ਉਹ ਗੱਲ ਨਹੀਂ ਹੈ ਪੰਜਾਬ ਵਿੱਚ ਅਜੇ ਇਸ ਸਰਕਾਰ ਦੇ तकरीबन 4.5 ਨਸੀਬ ਤੇ 4.5 ਸਾਲ ਤੇ ਪੱਕੇ ਪਏ ਨੇ ਨਾ ਫਿਰ ਪਤਾ ਲੱਗੇਗਾ ਕਿ ਅੱਜ ਤੋਂ तकरीबन 4 ਸਾਲ ਬਾਅਦ ਸਥਿਤੀ ਜਿਹੜੀ ਹੈ ਕਲੀਅਰ ਹੋਵੇਗੀ ਅਖੀਰਲੇ ਪੰਜ 6 ਮਹੀਨਿਆਂ ਦੇ ਵਿੱਚ ਅੰਦਾਜ਼ਾ ਹੋਵੇਗਾ ਕਿ ਇੱਥੇ ਕੀ ਬਣਨਾ ਹੈ ਤੇ ਕੀ ਨਹੀਂ ਬਣਨਾ ਇਸੇ ਜਿੱਤ ਜਿੱਤ ਤੇ ਕੱਚ-ਕੱਚਾ ਵਜਾਉਣੀਆਂ ਚੰਗੀ ਗੱਲ ਨਹੀਂ ਇੱਕ ਮੈਂ ਹੋਰ ਇੱਥੇ ਗੱਲ ਦੱਸਣੀ ਚਾਹੁੰਦਾ ਪੰਜਾਬ ਦੇ ਵਿੱਚ ਕਾਂਗਰਸੀ ਆਗੂ ਖਿੱਚ-ਖਿੱਚ ਕੇ ਭਗਵੰਤ ਮਾਨ ਤੇ ਹੋਰਨਾਂ ਨੂੰ ਕਹਿ ਰਹੇ ਸੀ ਕਿ ਤੁਸੀਂ ਜਿਹੜਾ ਕਹਿ ਰਹੇ ਹੋ ਕਿ ਭਾਜਪਾ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਖਰੀਦਣ ਦੀ ਕੋਸ਼ਿਸ਼ ਕੀਤੀ ਹੈ ਪੰਜਾਬ ਦੇ ਵਿੱਚ ਉਹਦਾ ਸਬੂਤ ਦਿਓ ਤੁਹਾਨੂੰ ਇੰਨੇ ਕਰੋੜ ਕੌਣ ਦੇਵੇਗਾ ਤੇ ਹਿਮਾਚਲ ਦੇ ਵਿੱਚ ਹੁਣ ਉਹੀ ਗੱਲਾਂ ਆਪ ਕਰ ਰਹੇ ਨੇ ਜਦੋਂ ਹਿਮਾਚਲ ਦੇ ਵਿੱਚ ਸਵੇਰੇ ਸਵੇਰੇ ਮੁਕਾਬਲਾ ਸਖਤ ਸੀ ਨਾ ਸਾਰੇ ਭੱਜੇ ਜਾ ਰਹੇ ਸੀ ਕਾਂਗਰਸ ਵਾਲੇ ਕਿ ਦੇਖੋ ਦੋ ਤਿੰਨ ਉਮੀਦਵਾਰ ਨੇ ਉਹ ਖਰੀਦਣਾ ਲੈਣ ਆ ਨਾ ਕਰ ਲੈਣਾ ਉਹ ਕਰ ਲੈਣਾ ਇੰਡੀਪੈਂਡੈਂਟ ਉਮੀਦਵਾਰਾਂ ਤੇ ਲੋੜਾ ਸਾਨੂੰ ਕਾਬੂ ਕਰਨ ਨੂੰ ਪੈਗਾ ਸਾਡੇ ਬੰਦੇ ਨਖਸ ਖ ਜਾਣ ਇਹ ਲਫ਼ਜ਼ ਵੀ ਵਰਤੇ ਗਏ ਕਿ ਕਾਂਗਰਸ ਦੇ ਆਪਣੇ ਸਾਡੇ ਬੰਦੇ ਸਲਿੱਪ ਨਾ ਹੋ ਜਾਣ ਤੇ ਉਥੇ ਜਿਹੜਾ ਸੀ ਉਹ ਉਸ ਮੌਕੇ ਤੇ ਇਹ ਲਫ਼ਜ਼ ਵਰਤੇ ਗਏ ਕਿ ਪੰਜਾਬ ਵਿੱਚ ਜਿਹੜੀ ਗੱਲ ਸੀ ਕਿ ਆਪਰੇਸ਼ਨ ਲੋਟਸ ਕਮਲਮ ਕਮਲ ਜਿਹੜਾ ਹੈ ਦਾ ਜਿਹੜਾ ਲੋਟਸ ਹੈ ਉਹ ਉਹ ਆਪਰੇਸ਼ਨ ਨਾ ਕਿਤੇ ਹਿਮਾਚਲ ਦੇ ਵਿੱਚ ਕੰਮ ਕਰ ਜਾਵੇ ਇੱਕ ਆਗੂ ਨੇ ਤਾਂ ਆਪਰੇਸ਼ਨ ਚਿੱਕੜ ਤੱਕ ਕਹਿ ਦਿੱਤਾ ਇਸ ਨੂੰ ਕਿਉਂਕਿ ਚਿੱਕੜ ਦੇ ਵਿੱਚ ਉਗਦਾ ਹੈ ਕਮਲ ਦਾ ਫੁੱਲ ਸੋ ਡਰ ਜਿਹੜਾ ਜਿੱਥੇ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਤੇ ਜਿਹੜੀਆਂ ਉਜਾਂ ਲਾਈਆਂ ਜਾ ਰਹੀਆਂ ਸੀ ਉਹ ਹੀ ਡਰ ਜਿਹੜਾ ਸੀ ਇਹਨਾਂ ਨੂੰ ਹਿਮਾਚਲ ਦੇ ਵਿੱਚ ਖਾ ਰਿਆ ਸੀ ਪਰ ਇਸ ਵੇਲੇ ਡਰ ਕੋਈ ਨਹੀਂ ਹੈ ਉਹਨਾਂ ਕੋਲ ਸਪਸ਼ਟ ਮジョਰਿਟੀ ਬਹੁਮਤ ਆ ਗਿਆ ਹੈ ਪੰਜਾਬ ਦੇ ਵਿੱਚ ਗੱਲ ਕਰਨੀ ਤੇ ਹਿਮਾਚਲ ਨੂੰ ਨਾਇਕੇ ਜਿਹੜਾ ਇੱਥੇ ਕੋਈ ਕੋਈ ਇਸ ਤਰ੍ਹਾਂ ਦਾ ਬਿਆਨ ਦੇ ਦੇਣਾ ਕਿ ਸਾਡੀ ਹੁਣ ਬੱਲੇ ਬੱਲੇ ਹੋ ਜਾਵੇਗੀ ਇਹ ਲੱਗਦਾ ਹੈ ਇਹ ਸਭ ਗੱਲਬਾਤ ਨੂੰ ਇਸੇ ਤਰ੍ਹਾਂ ਅੱਗੇ ਤੋਰਦੇ ਹਾਂ ਪਰ ਉਸ ਤੋਂ ਪਹਿਲਾਂ ਇੱਕ ਛੋਟੀ ਜਿਹੀ ਬ੍ਰੇਕ ਲੈ ਲੈਣੇ ਆ ਬਹੁਤ ਜਲਦ ਹਾਜ਼ਰ ਹੋਣੇ ਆ ਬ੍ਰੇਕ ਤੋਂ ਬਾਅਦ ਪ੍ਰੋਗਰਾਮ ਵਿਚਾਰ-ਵਿਚਾਰ ਚਾਚਾ ਦੇ ਨਾਲ ਜੁੜੇ ਹੋਏ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਕਰਦੇ ਹਾਂ। ਹਿਰਸਾ ਆਮ ਆਦਮੀ ਪਾਰਟੀ ਦੀ ਗੱਲ ਥੋੜੀ ਜਿਹੀ ਅੱਗੇ ਤੋਰਦੇ ਹਾਂ। 8 ਕੁ ਮਹੀਨੇ ਹੋ ਗਏ ਆ ਪੰਜਾਬ 'ਚ ਸਰਕਾਰ ਬਣਾਇਆ ਨੂੰ ਤੇ ਸੰਗਰੂਰ ਇਲੈਕਸ਼ਨ ਜਦੋਂ ਹੋਏ ਸੀ ਤੇ ਬਹੁਤਾ ਚੰਗਾ ਰਿਜ਼ਲਟ ਦੇਖਣ ਨੂੰ ਨਹੀਂ ਸੀ ਮਿਲਿਆ। ਇੱਕ ਪਾਸੇ ਦਿੱਲੀ ਦੀਆਂ ਨਗਰ ਨਿਗਮ ਦੀਆਂ ਚੋਣਾਂ ਸੀ ਰਿਜ਼ਲਟਸ ਦੇਖੇ ਨੇ ਬਹੁਤ ਚੰਗੇ ਨਤੀਜੇ ਚੜੇ ਨੇ ਉਹ ਆਮ ਆਦਮੀ ਪਾਰਟੀ ਦੇ ਹੱਥ ਲੱਗੇ ਨੇ ਜੇ ਗੁਜਰਾਤ ਤੇ ਹਿਮਾਚਲ ਵੱਲ ਦੇਖੀਏ ਤੇ ਲੋਕਾਂ ਨੇ ਬਹੁਤਾ ਮੂੰਹ ਨਹੀਂ ਕੀਤਾ। ਕੀ ਲੋਕਾਂ ਦਾ ਮੂੰਹ ਮੁੜ ਰਿਹਾ ਦੂਸਰਾ ਸਵਾਲ ਮੇਰਾ ਇਹ ਹੈ ਕਿ ਰਾਸ਼ਟਰੀ ਪਾਰਟੀ ਦੇ ਵਿੱਚ ਕਨਸੀਡਰ ਕਰੀਏ ਆਪ ਨੂੰ ਹੁਣ ਕਿ ਨਹੀਂ ਸਭ ਲਈ ਇਸ ਤਰ੍ਹਾਂ ਨਹੀਂ ਕਹਿ ਸਕਦੇ ਕਿ ਲੋਕਾਂ ਦਾ ਮੂੰਹ ਮੁੜ ਰਿਹਾ ਮੈਂ ਤੇ ਇਹ ਕਹੂੰਗਾ ਕਿ ਗੁਜਰਾਤ ਦੇ ਵਿੱਚ ਨਰਿੰਦਰ ਮੋਦੀ ਦੀ ਗੁਜਰਾਤ ਸਟੇਟ ਦੇ ਵਿੱਚ 12 ਫੀਸ ਦੀ 13 ਫੀਸ ਦੀ ਲਾਗੇ ਵੋਟਾਂ ਲੈ ਜਾਣੀਆਂ ਬਹੁਤ ਵੱਡੀ ਮਾਰਕੇ ਵਾਲੀ ਗੱਲ ਮੈਂ ਇਸ ਨੂੰ ਮੰਨਦਾ ਮਾਚਲ ਦੇ ਸਮੀਕਰਨ ਕੁਝ ਹੋਰ ਬਣ ਗਿਆ ਹੁਣ ਗੱਲ ਕਰਦੇ ਆ ਕਿ ਕੀ ਰਾਸ਼ਟਰੀ ਪਾਰਟੀ ਦਾ ਦਰਜਾ ਇਹਨਾਂ ਨੂੰ ਮਿਲ ਜਾਵੇਗਾ ਜੇ ਤਕਨੀਕੀ ਗੱਲ ਦੇ ਆਧਾਰ ਤੇ ਜਾਈਏ ਤਾਂ ਯੈਸ ਉਹਨਾਂ ਨੂੰ ਇਸ ਵੇਲੇ ਰਾਸ਼ਟਰੀ ਪਾਰਟੀ ਦਾ ਦਰਜਾ ਜਿਹੜਾ ਉਹ ਮਿਲ ਚੁੱਕਾ ਹੈ ਇਲੈਕਸ਼ਨ ਕਮਿਸ਼ਨ ਵੱਲੋਂ ਉਹਨਾਂ ਨੂੰ ਇਹ ਮਿਲ ਜਾਵੇਗਾ ਗੋਆ ਜਿਹੜੀਆਂ ਚੋਣਾਂ ਹੋਈਆਂ ਸੀ ਉਸ ਵਿੱਚ 7% ਦੇ ਆਸ-ਪਾਸ ਇਹਨਾਂ ਨੂੰ ਵੋਟਾਂ ਪਈਆਂ ਸੀ ਹੁਣ ਉਸ ਤੋਂ ਬਾਅਦ ਉਹ ਮਾਨਤਾ ਪ੍ਰਾਪਤ ਪਾਰਟੀ ਉੱਥੇ ਬਣ ਗਈ ਸੀ ਉਹਨੇ ਤੋਂ ਬਾਅਦ ਸ਼ਰਤ ਉਹਨਾਂ ਤੇ ਇਹ ਸੀ ਕਿ ਜੇ ਕਿਸੇ ਹੋਰ ਸੂਬੇ 'ਚ ਉਹਨਾਂ ਨੂੰ ਮਾਨਤਾ ਮਿਲ ਜਾਵੇ ਤੇ ਫਿਰ ਉਹ ਰਾਸ਼ਟਰੀ ਪਾਰਟੀ ਦਾ ਦਰਜਾ ਉਹਨਾਂ ਨੂੰ ਮਿਲ ਜਾਵੇਗਾ। ਇਹ ਤਕਨੀਕੀ ਆਧਾਰ ਤੇ ਇਹ ਸੀ ਕਿ ਗੁਜਰਾਤ ਵਿੱਚ ਜੇ ਆਮ ਆਦਮੀ ਪਾਰਟੀ ਨੂੰ ਸਿਰਫ 2 ਸੀਟਾਂ ਮਿਲ ਜਾਣ ਤੇ ਉਹ ਰਾਸ਼ਟਰੀ ਪਾਰਟੀ ਕੌਮੀ ਪਾਰਟੀ ਬਣ ਸਕਦੀ। ਜੇ ਕਿਸੇ ਪਾਰਟੀ ਨੂੰ 4 ਸੂਬਿਆਂ ਦੇ ਵਿੱਚ ਖੇਤਰੀ ਪਾਰਟੀ ਦਾ ਦਰਜਾ ਮਿਲ ਜਾਵੇ ਮਾਨਤਾ ਪ੍ਰਾਪਤ ਪਾਰਟੀ ਹੋ ਜਾਵੇ ਤਾਂ ਫਿਰ ਵੀ ਰਾਸ਼ਟਰੀ ਪਾਰਟੀ ਦਾ ਦਰਜਾ ਮਿਲ ਜਾਂਦਾ। ਜੇ ਇਸ ਤੋਂ ਇਲਾਵਾ ਜੇ ਕੋਈ ਪਾਰਟੀ ਤਿੰਨ ਰਾਜਾਂ ਨੂੰ ਮਿਲਾ ਕੇ 3% ਦੀ ਲੋਕ ਸਭਾ ਸੀਟਾਂ ਜਿੱਤ ਲੈਂਦੀ ਹੈ ਤਾਂ ਤਾਂ ਵੀ ਰਾਸ਼ਟਰੀ ਪਾਰਟੀ ਦਾ ਦਰਜਾ ਮਿਲ ਜਾਂਦਾ ਹੈ ਇਹ ਤੋਂ ਇਲਾਵਾ ਜੇਕਰ ਕਿਸੇ ਪਾਰਟੀ ਨੂੰ ਲੋਕ ਸਭਾ ਜਾਂ ਵਿਧਾਨ ਸਭਾ ਚੋਣਾਂ ਵਿੱਚ ਚਾਰ ਲੋਕ ਸਭਾ ਸੀਟਾਂ ਤੋਂ ਇਲਾਵਾ ਚਾਰ ਰਾਜਾਂ ਦੇ ਵਿੱਚ 6% ਦੀ ਵੋਟਾਂ ਮਿਲ ਜਾਣ ਤਾਂ ਵੀ ਉਹ ਰਾਸ਼ਟਰੀ ਕੌਮੀ ਪਾਰਟੀ ਜਿਹੜੀ ਆ ਮੰਨੀ ਜਾਵੇਗੀ ਤੇ ਜੇ ਕੋਈ ਪਾਰਟੀ ਇਹਨਾਂ ਵਿੱਚੋਂ ਕਿਸੇ ਸ਼ਰਤ ਨੂੰ ਪੂਰਾ ਕਰ ਜਾਵੇ ਫਿਰ ਵੀ ਉਹਨੂੰ ਕੌਮੀ ਪਾਰਟੀ ਦਾ ਦਰਜਾ ਮਿਲ ਜਾਂਦਾ ਹੁਣ ਅਰਵਿੰਦ ਕੇਜਰੀਵਾਲ ਨੇ ਇਹ ਇਹ ਸ਼ਰਤ ਜਿਹੜੀ ਹੈ ਪੰਜਾਬ ਦੇ ਵਿੱਚ ਦਿੱਲੀ ਦੇ ਵਿੱਚ ਗੋਆ ਦੇ ਵਿੱਚ ਤੇ ਗੁਜਰਾਤ ਵਿੱਚ ਪੂਰੀ ਕਰ ਲਈ ਤੇ ਗੁਜਰਾਤ ਦੇ ਵਿੱਚ 5 ਸੀਟਾਂ ਲੈਣ ਚੋ ਕਾਮਯਾਬੀ ਹੋ ਗਏ ਨੇ ਸੋ ਉਹਨਾਂ ਨੂੰ ਕੌਮੀ ਪਾਰਟੀ ਦਾ ਦਰਜਾ ਜਿਹੜਾ ਇਸ ਵੇਲੇ ਮਿਲ ਗਿਆ ਪਰ ਕੀ ਅਰਵਿੰਦ ਕੇਜਰੀਵਾਲ ਇਸ ਪਲੇਟਫਾਰਮ ਨੂੰ ਐਕਸਪੈਂਡ ਕਰ ਸਕਣਗੇ ਹੋਰ ਕਿਹੜੇ ਸੂਬੇ ਦੇ ਵਿੱਚ ਪੈਰ ਜਮਾ ਸਕਣਗੇ ਹਰਾਨੀ ਦੀ ਗੱਲ ਇਹ ਹੈ ਕਿ ਕਿਸਾਨ ਅੰਦੋਲਨ ਚੱਲਿਆ ਸੀ ਤੇ ਕਿਸਾਨ ਅੰਦੋਲਨ ਦੇ ਚੱਲਦਿਆਂ ਜੋ ਕੁਝ ਪਾਰਟੀਆਂ ਕੁਝ ਕ ਪਾਰਟੀਆਂ ਜਿਹੜੀਆਂ ਸੀ ਉਸ ਦਾ ਲਾਹਾ ਖਟਣ ਦੇ ਰੌਂ ਦੇ ਵਿੱਚ ਸਨ ਤੇ ਜਿਵੇਂ ਕਾਂਗਰਸ ਦੇ ਲਖੀਮਪੁਰ ਖੀਰੀ ਦੀ ਘਟਨਾ ਤੋਂ ਬਾਅਦ ਪ੍ਰਿਆੰਕਾ ਗਾਂਧੀ ਨੂੰ ਉੱਥੇ ਐਕਟਿਵ ਕੀਤਾ ਪਰ ਉਹ ਗੱਲ ਨਾ ਬਣ ਸਕੀ ਉੱਤਰ ਪ੍ਰਦੇਸ਼ ਦੇ ਵਿੱਚ ਇਸੇ ਤਰ੍ਹਾਂ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਵਿੱਚ ਜੋ ਇੱਕ ਵਿਰੋਧਤਾ ਸੀ ਦੋਹਾਂ ਪਾਰਟੀਆਂ ਦੀ ਕਾਂਗਰਸ ਦੀ ਤੇ ਅਕਾਲੀ ਦੀ ਉਸ ਨੂੰ ਚੰਗੀ ਤਰ੍ਹਾਂ ਕੈਸ਼ ਕੀਤਾ ਕਿਸਾਨ ਅੰਦੋਲਨ ਦਾ ਹੋ ਸਕਦਾ ਸਿੱਧੇ ਤੌਰ ਤੇ ਕੋਈ ਫਾਇਦਾ ਨਾ ਹੋਇਆ ਹੋਵੇ ਤਕਨੀਕੀ ਗੱਲਾਂ ਨੇ ਇਹੋ ਪਰ ਜੇ ਗੁਜਰਾਤ ਦੀ ਅਸੀਂ ਗੱਲ ਕਰਦੇ ਆਂ ਤੇ ਗੁਜਰਾਤ ਸੂਬਾ ਜਿਹੜਾ ਸਾਨੂੰ ਇਸ ਗੱਲ ਦਾ ਪਤਾ ਹੋਣਾ ਚਾਹੀਦਾ ਚਾਹੀਦਾ ਕਿ ਜਿੰਨਾ ਦਬਦਬਾ ਇਸ ਵੇਲੇ ਗੁਜਰਾਤ ਦਾ ਸਾਡੀ ਕੇਂਦਰ ਸਰਕਾਰ ਦੇ ਵਿੱਚ ਕੇਂਦਰ ਦੇ ਅਦਾਰਿਆਂ ਦੇ ਵਿੱਚ ਚਾਹੇ ਉਹ ਬੋਰਡ ਕ੍ਰਿਕਟ ਕੰਟਰੋਲ ਹੋਵੇ ਚਾਹੇ ਕੋਈ ਹੋਰ ਹੋਵੇ ਸਭ ਤੋਂ ਵੱਧ ਗੁਜਰਾਤ ਦਾ ਦਬਦਬਾ ਐਸੋ ਲਿਆ ਅਮਿਤ ਸ਼ਾਹ ਤੋਂ ਲੈ ਕੇ ਨਰਿੰਦਰ ਮੋਦੀ ਤੇ ਹੋਰ ਸਾਡੇ ਜਿਹੜੇ ਬਿਲੀਅਨਰ ਜਿਹੜੇ ਨੇ ਅਮੀਰ ਜਿਹੜੇ ਨੇ ਪੰਜਾਬ ਭਾਰਤ ਦੇ ਜਿਹੜੇ ਨੇ ਧਨਾੜ ਲੋਕ ਉਹ ਗੁਜਰਾਤੀ ਨੇ ਸੋ ਵੱਡੇ ਪੱਦਰ ਤੇ ਗੁਜਰਾਤ ਦਾ ਦਬਦਬਾ ਤੇ ਉੱਥੇ ਜਾ ਕੇ ਸੰਲੋਣੀ ਕਾਮਯਾਬੀ ਵਾਲੀ ਮੈਂ ਗੱਲ ਇਸ ਨੂੰ ਮੰਨਦਾ ਸੋ ਜਿਹੜੀਆਂ ਤੁਸੀਂ ਦੋ ਸਵਾਲ ਪੁੱਛੇ ਸੀ ਉਹਨਾਂ ਨੇ ਕੋਈ ਇਹੋ ਜੀ ਗੱਲ ਨਹੀਂ ਕਿ ਮੂੰਹ ਮੋੜ ਰਹੇ ਨੇ ਲੋਕ ਹਿਮਾਚਲ ਦੇ ਵਿੱਚ ਉਹਨਾਂ ਨੂੰ ਪਾਲਿਸੀ ਆਪਣੀ ਰੀਥਿੰਕ ਕਰਨੀ ਪੈਗੀ ਪਤਾ ਨਹੀਂ ਉਹਨਾਂ ਦਾ ਦੁਬਾਰਾ ਪੈਰ ਜੰਮੇ ਕਿ ਨਾ ਜੰਮੇ ਦਿੱਲੀ ਦੇ ਵਿੱਚ ਐਮਸੀਡੀ ਦੀ ਅਜੇ ਪਰਸੋਂ ਉਹਨਾਂ ਨੇ ਜਿੱਤ ਹਾਸਲ ਕੀਤੀ ਹੈ ਸੋ ਗੁਜਰਾਤ ਦੇ ਵਿੱਚ ਉਹਨਾਂ ਨੇ ਵੋਟ ਸ਼ੇਅਰ ਆਪਣਾ ਬਤਾ ਲਿਆ ਤੇ ਹਿਮਾਚਲ ਵਿੱਚ ਨਾ ਮਾਤਰ ਜੈ ਹਿਮਾਚਲ ਦੇ ਵਿੱਚ ਮੈਂ ਦੱਸ ਦੇਵਾਂ 1% ਦੀ ਵੋਟ ਕੁਝ ਵੀ ਨਹੀਂ ਹੈ ਤਕਰੀਬਨ ਇੱਕ ਇੱਕ ਪਿਛਤੀ ਤੋਂ ਥੋੜਾ ਜਿਹਾ ਘਟ ਜਿਹੜਾ ਉਹ ਤੇ ਜਿਹੜੇ ਇੱਕ ਹੁੰਦੀ ਹੈ ਨਨ ਆਫ ਦੀ ਅਬਵ ਉਹਨਾਂ ਨੂੰ ਵੀ ਜਿਹੜੀ ਵੋਟ ਹੈ ਉਹ ਪੈ ਗਈ ਹੈ ਉਹ ਜਿਹੜੀ ਕਿਸੇ ਉਮੀਦਵਾਰ ਨੂੰ ਵੀ ਨਹੀਂ ਪਾਉਣੀ ਉਹ ਬਟਨ ਵੀ ਲੋਕਾਂ ਨੇ ਦਬਿਆ ਤੋਂ ਹਿਮਾਚਲ ਦੇ ਵਿੱਚ ਆਲਮੋਸਟ ਖਤਮ ਹੈ ਆਮ ਆਦਮੀ ਪਾਰਟੀ ਹਾਲ ਦੀ ਘੜੀ ਪਰ ਗੁਜਰਾਤ ਦੇ ਵਿੱਚ ਕੀ ਉਹ ਇਸ ਜਿੱਤ ਨੂੰ ਪੰਜ ਸੀਟਾਂ ਨੂੰ ਲੋਕ ਸਭਾ ਦੇ ਵੀ ਟ੍ਰਾਂਸਲੇਟ ਕਰ ਸਕਣਗੇ ਇਹਦੇ ਬਾਰੇ ਅਜੇ ਕੁਝ ਨਹੀਂ ਪਤਾ ਅਗਲੇ ਮੁੱਦੇ ਵੱਲ ਰੁਕ ਕਰਦੇ ਹਾਂ ਖਬਰ ਹੈ ਕਿ ਗੁਰਬਾਣੀ ਤੋਂ ਬਹੁਤ ਸਾਰੀ ਕਮਾਈ ਕੀਤੀ ਜਾ ਰਹੀ ਹੈ ਕੌਣ ਕਰ ਰਿਹਾ ਗੁਰਬਾਣੀ ਤੋਂ ਕਮਾਈ ਸੁਬਲੀਨ ਜਦੋਂ ਅਸੀਂ ਸੋਸ਼ਲ ਮੀਡੀਆ ਦੀ ਗੱਲ ਕਰਦੇ ਹਾਂ ਸੋਸ਼ਲ ਮੀਡੀਆ ਦੇ ਟੂਲਸ ਨੇ ਜਿਹੜੇ ਇਸ ਤੋਂ ਤੇ ਇਸ ਤੋਂ ਪੈਦਾ ਹੋਣ ਵਾਲੇ ਰਿਸੋਰਸਸ ਉਹਨਾਂ ਦੀ ਆਮਦਨ ਉਹਨਾਂ ਦਾ ਨੰਬਰਾਂ ਦੀ ਗੇਮ ਸਭ ਕੁਝ ਜਿਹੜਾ ਇਹਨਾਂ ਜ਼ਿਆਦਾ ਹੈ ਕਿ ਜਦੋਂ ਅਸੀਂ ਗੁਰਬਾਣੀ ਦੀ ਗੱਲ ਕਰਦੇ ਹਾਂ ਖਾਸ ਤੌਰ ਤੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਗੁਰਬਾਣੀ ਦੇ ਸਿੱਧੇ ਪ੍ਰਸਾਰਣ ਦੀ ਜਾਂ ਹੋਰ ਵੱਡੇ ਧਾਰਮਿਕ ਸਮਾਗਮਾਂ ਦੀ ਜਿਵੇਂ ਕਿ ਗੁਰੂ ਨਾਨਕ ਦੇਵ ਜੀ ਦਾ 550 ਮਾ ਪ੍ਰਕਾਸ਼ ਉਤਸਵ ਜਿਹੜਾ ਸੀ ਬੜੇ ਜ਼ੋਰਦਾਰ ਤਰੀਕੇ ਨਾਲ ਸੁਲਤਾਨਪੁਰ ਲੋਧੀ ਦੀ ਧਰਤੀ ਤੇ ਹੋਰ ਨਾ ਇਤਿਹਾਸਿਕ ਥਾਵਾਂ ਤੇ ਮਨਾਇਆ ਗਿਆ ਨਨਕਾਣਾ ਸਾਹਿਬ ਵੀ ਹੋਵੇਗਾ ਹੁਣ ਇੰਟਰਨੈਟ ਮੀਡੀਆ ਸੋਸ਼ਲ ਮੀਡੀਆ ਇਸ ਦੇ ਜ਼ਰੀਏ YouTube Facebook ਤੇ ਜਿਹੜੇ ਚੈਨਲਸ ਨੇ ਇਹਨਾਂ ਨੂੰ ਕਿਵੇਂ ਵਰਤਣਾ ਹੈ ਕਿਵੇਂ ਉਹਨਾਂ ਤੋਂ ਕਮਾਈ ਦਾ ਸਾਧਨ ਜਿਹੜਾ ਅਪਣਾਉਣਾ ਹੈ ਇਹ ਬਹੁਤ ਬਹੁਤ ਸਾਰੇ ਲੋਕ ਇਸ ਵੇਲੇ ਦੁਨੀਆ ਵਿੱਚ ਝਾੜਦੇ ਨੇ ਜੋ ਇਸ ਸਿਸਟਮ ਦੇ ਬਾਰੇ 5 10 ਫੀਸਦੀ ਵੀ ਜਾਣਕਾਰੀ ਰੱਖਦਾ ਹੈ ਉਦੇਲੇ ਮੈਂ ਜਾਣਕਾਰੀ ਦੇਣੀ ਚਾਹੁੰਦਾ ਕਿ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਗੁਰਬਾਣੀ ਪ੍ਰਸਾਰਣ ਦੇ ਹੱਕ ਇੱਕ ਕੰਪਨੀ ਨੂੰ ਨੇ ਅਸੀਂ ਉਹ ਨਾਮ ਨਹੀਂ ਲਵਾਂਗੇ। ਤਕਰੀਬਨ ਤਕਰੀਬਨ 2 ਕਰੋੜ ਸਾਲਾਨਾ ਰੁਪਿਆ ਪੁੱਕਾ ਪੁੱਕਾ ਜਿਹੜਾ ਹੈ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਉਸ ਮੀਡੀਆ ਹਾਊਸ ਤੋਂ ਜਾਂਦਾ ਹੈ। ਇਹ ਜਾਣਕਾਰੀ ਸ਼੍ਰੋਮਣੀ ਕਮੇਟੀ ਤੇ ਉਸ ਮੀਡੀਆ ਹਾਊਸ ਨੇ ਦਿੱਤੀ ਹੈ। ਉਹਨਾਂ ਵੱਲੋਂ ਇਹ ਕਿਹਾ ਜਾਂਦਾ ਕਿ ਅਸੀਂ ਇਹ 2 ਕਰੋੜ ਦਿੰਦੇ ਆ ਤੇ ਜਿਹੜੇ ਸੈਟਲਾਈਟ ਡਿਸ਼ਸ ਦੇ ਉੱਪਰ ਜਾਂ ਫੀਡਸ ਦੇ ਉੱਪਰ ਜਾਂ ਕੇਬਲਸ ਦੇ ਉੱਪਰ ਜਿੱਥੇ-ਜਿੱਥੇ ਸਾਡਾ ਚੈਨਲ ਹੈ ਉੱਥੇ ਕੋਈ ਐਕਸਟਰਾ ਪੈਸੇ ਨਹੀਂ ਦੇਣੇ ਪੈਂਦੇ ਉਹ ਬੇਸਿਕ ਪੈਕੇਜ ਦੇ ਵਿੱਚ ਹੀ ਸ਼ਾਮਲ ਹੈ ਸੋ ਫ੍ਰੀ ਗੁਰਬਾਣੀ ਦੀ ਸੇਵਾ ਅਸੀਂ ਕਰ ਰਹੇ ਹਾਂ ਤੇ ਅਸੀਂ ਜਿਹੜਾ ਉਸ ਦਾ ਕੋਈ ਸ਼ਰੋਣੀ ਕਮੇਟੀ ਨੂੰ ਉਲਟਾ ਅਸੀਂ 2 ਕਰੋੜ ਰੁਪਏ ਸਾਲਾਨਾ ਦਿੰਦੇ ਹਾਂ ਇੱਕ ਹੋਰ ਗੱਲ ਦਾਵਾ ਇਹ ਕੀਤਾ ਗਿਆ ਉਸ ਨਿੱਜੀ ਚੈਨਲ ਵੱਲੋਂ ਕਿ ਅਸੀਂ 550 ਮਾ ਜੋ ਪ੍ਰਕਾਸ਼ ਉਤਸਵ ਮਨਾਇਆ ਗਿਆ ਸੀ ਉਸ ਤੇ ਧਾਰਮਿਕ ਸਮਾਗਮਾਂ ਦਾ ਬਿੱਲ 95 ਲੱਖ ਰੁਪਈਆ ਬਣਦਾ ਸੀ ਅਸੀਂ ਉਹ ਵੀ ਨਹੀਂ ਜਿਹੜਾ ਲਿਆ ਤੇ ਸ਼੍ਰੋਮਣੀ ਕਮੇਟੀ ਨੂੰ ਅਸੀਂ ਉਸ ਨੂੰ ਵੀ ਸੇਵਾ ਵਜੋਂ ਹੀ ਨਿਵਾ ਦਿੱਤਾ ਤੇ ਅਸੀਂ ਸੇਵਾ ਕਰ ਰਹੇ ਹਾਂ ਸੇਵਾ ਅਸੀਂ ਕਰੀ ਜਾਣੀ ਹੈ ਤੇ ਸੇਵਾ ਕਰਦੇ ਰਹਾਂਗੇ ਤੇ ਇਹ ਵੀ ਦੱਸਿਆ ਜਾ ਰਿਹਾ ਅੰਦਰੂਨੀ ਸੂਤਰਾਂ ਤੋਂ ਕਿ ਫਰਵਰੀ 2023 ਤੱਕ ਉਹਨਾਂ ਨਾਲ ਸਮਝੌਤਾ ਹੈ ਉਸ ਤੋਂ ਬਾਅਦ ਅੱਗੇ ਸਮਝੌਤਾ ਵੱਧ ਹੈ ਜਾਂ ਨਹੀਂ ਵੱਧਾ ਸਾਨੂੰ ਨਹੀਂ ਪਤਾ ਹੁਣ ਉਸ মিডিਆ ਹਾਊਸ ਦੇ ਆਪਣੇ ਰਿਸੋਰਸਸ ਨੇ ਆਪਣੇ ਸੋਸ਼ਲ ਮੀਡੀਆ ਚੈਨਲਸ ਨੇ ਜੀ ਗੁਰਬਾਣੀ ਦੀ ਆਡੀਓ ਫੀਡ ਹੈ ਤੇ ਇੱਥੋਂ ਤੱਕ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਆਪਣੀ ਵੈਬਸਾਈਟ ਤੇ ਵੀ ਲਾਈਵ ਜਿਹੜੀ ਵੀਡੀਓ ਫੀਡ ਹੈ ਉਹ ਨਹੀਂ ਹੈ ਪਰ ਇਹ ਇਸ ਸੇਵਾ ਦੇ ਨਾਂ ਤੇ ਲੋਕਾਂ ਨੂੰ ਕੀ ਦਿੱਤਾ ਜਾ ਰਿਹਾ ਹੈ ਤੇ ਆਪ ਕੀ ਹਾਸਲ ਕੀਤਾ ਜਾ ਰਿਹਾ ਹੈ ਆਪ ਹਾਸਲ ਕੀਤੇ ਦੀ ਮੈਂ ਗੱਲ ਕਰਦਾ ਤੇ ਜਿਵੇਂ ਪਹਿਲਾਂ ਕਿਹਾ ਸੀ ਕਿ ਜੋ 5 10% ਵੀ ਜਾਣਦਾ ਨੇ ਸੋਸ਼ਲ ਮੀਡੀਆ ਟੂਲਸ ਦੇ ਬਾਰੇ ਉਹਨੂੰ ਪਤਾ ਹੈ ਕਿ ਇਸ ਤੋਂ ਕੀ ਮਿਲ ਸਕਦਾ ਹੈ ਤੇ ਕੀ ਨਹੀਂ ਮਿਲ ਸਕਦਾ ਹੁਣ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਦਾਵਾ ਕੀਤਾ ਹੈ ਕਿ ਬਹੁਤ ਸਾਰੇ ਪ੍ਰਾਈਵੇਟ ਲੋਕ ਸਾਡੀ ਆਡੀਓ ਫੀਡ ਚੁੱਕ ਕੇ ਤੇ ਉਸ ਦੇ ਉੱਪਰ ਆਪਣੀਆਂ ਫੋਟੋਆਂ ਜਾਂ ਹੋਰ ਵੀਡੀਓ ਲਾ ਕੇ ਸ਼੍ਰੀ ਦਵਾਰ ਸਾਹਿਬ ਅਪਰਸਰ ਤੋਂ ਪ੍ਰਸਾਰਿਤ ਹੁੰਦੇ ਗੁਰਬਾਣੀ ਦੇ ਧਾਰਮਿਕ ਸਮਾਗਮਾਂ ਨੂੰ ਤੇ ਜਾਂ ਲਾਈਵ ਕੀਰਤਨ ਨੂੰ ਜਾਂ ਹੋਰ ਜੋ ਵੀ ਪ੍ਰਵਾਹ ਗੁਰਬਾਣੀ ਦਾ ਜੋ ਚੱਲਦਾ ਹੈ ਉਸ ਨੂੰ ਆਪਣੀ ਰਿਸੋਰਸਸ ਦੇ ਵਿੱਚ ਐਡਵਰਟਾਈਜ਼ਮੈਂਟ ਲਗਾ ਕੇ ਹੋਰ ਕੋਈ ਐਡਵਰਟਾਈਜ਼ਮੈਂਟ ਡਿਸਪਲੇ ਕਰਕੇ ਸਕਰੀਨ ਤੇ ਉਸ ਤੋਂ ਲੱਖਾਂ ਕਰੋੜਾ ਰੁਪਏ ਕਮਾ ਰਹੇ ਨੇ ਰਾਨੀ ਦੀ ਗੱਲ ਇਹ ਆ ਜਦੋਂ ਕਿਸੇ ਕੋਲ ਰਾਈਟ ਹੋਵੇ ਤਾਂ ਫਿਰ ਉਹ ਦੂਸਰੇ ਨੂੰ ਕਿਉਂ ਚਲਾਉਣ ਦੇਵੇ ਸ਼੍ਰੋਮਣੀ ਕਮੇਟੀ ਨੇ ਵੀ ਕਿਹਾ ਕਿ ਅਸੀਂ ਸ਼ਿਕਾਇਤ ਕਰਕੇ ਬੰਦ ਵੀ ਕਰਵਾਏ ਨੇ ਕਈ ਤੇ ਜਾਂਚ ਅਸੀਂ ਕਰ ਰਹੇ ਹਾਂ ਕੌਣ-ਕੌਣ ਇਸ ਤਰ੍ਹਾਂ ਪੈਸੇ ਕਮਾ ਰਿਹਾ ਤੇ ਗੈਰ ਕਾਨੂੰਨੀ ਢੰਗ ਨਾਲ ਹੋ ਉਸ ਚੀਜ਼ਾਂ ਜਿਹੜੀਆਂ ਨੇ ਉਸੇ ਸਕਰੀਨ ਤੇ ਵੇਚੀਆਂ ਜਾ ਰਹੀਆਂ ਨੇ ਜਿਹੜੀਆਂ ਨਹੀਂ ਵੇਚੀਆਂ ਜਾਣੀ ਚਾਹੀਦੀਆਂ ਸਾਰਾ ਕੁਝ ਬੜਾ ਸਿੰਪਲ ਜਿਹਾ ਸਾਦਾ ਜਿਹਾ ਹੋ ਸਕਦਾ ਹੈ ਸ਼੍ਰੋਮਣੀ ਕਮੇਟੀ ਜਿਸ ਦਾ 1000 ਕਰੋੜ ਤੋਂ ਵੱਧ ਦਾ ਬਜਟ ਹੈ ਕੀ ਉਹ ਆਪਣੇ ਰਿਸੋਰਸ ਦੇ ਨਾਲ ਇੱਕ ਆਪਣੀ ਹਾਈ ਕੁਆਲਿਟੀ ਹਾਈ ਡੈਫੀਨੇਸ਼ਨ ਜਾਂ 4K ਫੀਡ ਦੁਨੀਆ ਵਿੱਚ ਬੈਠੇ ਸਿੱਖਾਂ ਨੂੰ ਨਹੀਂ ਦਿਖਾ ਸਕਦੀ ਉਥੇ ਆਪਸ਼ਨ ਹੋਵੇ 1 2 3 4 ਚੈਨਲਸ ਵੱਖਰੇ ਵੱਖਰੇ ਬਣਾ ਕੇ ਉਹਨਾਂ ਨੂੰ ਦਿਖਾਓ ਜਿਸ ਨੇ ਜਿਹੜੀ ਦੇਖਣੀ ਉਹ ਦੇਖੇ ਹਰ ਕੋਈ ਫੋਨ ਹੈ ਕਿਤੇ ਬੈਠਿਆ ਵੀ ਦੇਖ ਸਕਦਾ ਡਰਟਾ ਡਾਟਾ ਜਿਹੜਾ ਹੈ ਡਰਟ ਚੀਪ ਜਿਸ ਜਿਸ ਨੂੰ ਅਸੀਂ ਆਖਦੇ ਆ ਭਾਰਤ ਦੇ ਵਿੱਚ ਇਸ ਵੇਲੇ ਹੈ ਬਹੁਤ ਸਸਤਾ ਹੈ ਹਰ ਕੋਈ ਦੇਖ ਸਕਦਾ ਤੇ ਜਿਹੜਾ ਉਹ ਜਿਹੜੇ ਸੈਟਲਾਈਟ ਤੇ ਜਾਂ ਕੇਬਲ ਤੇ ਗੱਲ ਹੈ ਉਹ ਉਹ ਜਿਸ ਤਰ੍ਹਾਂ ਹੈ ਉਹ ਚੱਲਣ ਦਿਓ ਸੋਸ਼ਲ ਮੀਡੀਆ ਦੇ ਰਾਈਟ ਤਾਂ ਆਪਣੇ ਕੋਲ ਰੱਖੋ ਪਰ ਨਹੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੋਰੇ ਸਵਾਲ ਪਾਇਆ ਨੂੰ ਤਕਰੀਬਨ ਸਵਾਲ ਹੋ ਚ ਸਾਲ ਹੋ ਚੁੱਕਾ ਹੈ ਜਦੋਂ ਜਸਿਹਦਰ ਕਲਤਖ ਸਾਹਿਬ ਦੇ ਉਹਨਾਂ ਨੇ ਕਿਹਾ ਸੀ ਕਿ ਆਪਣਾ ਚੈਨਲ ਸ਼ੁਰੂ ਕੀਤਾ ਜਾਵੇ ਅਸੀਂ ਕਰਦੇ ਆਂ ਅਸੀਂ ਪਤਾ ਕਰ ਰਹੇ ਆਂ ਮਨਜ਼ੂਰੀ ਨੇ ਮਿਲਣੀ ਅਸੀਂ ਉਹ ਸਾਰਿਆਂ ਨੇ ਕਿਹਾ ਹੈ ਮੈਂਬਰ ਪਾਰਲੀਮੈਂਟਾਂ ਨੇ ਵੀ ਤੁਸੀਂ ਦੱਸੋ ਕੇਦਰ ਨੂੰ ਤੁਸੀਂ ਕਿੱਥੇ ਐਪਲੀਕੇਸ਼ਨ ਦਿੱਤੀ ਹੈ ਅਸੀਂ ਉਸਤੇ ਪੈਰ ਵਾਈ ਕਰੀਏ ਕੋਈ ਅਰਜ਼ੀ ਨਹੀਂ ਦਿੱਤੀ ਹੋਈ ਕਿਤੇ ਕਿਤੇ ਪਤਾ ਨਹੀਂ ਕਿਹਦੇ ਨਾਲ ਕਿਹੜਾ ਕੰਟਰੈਕਟ ਕੀਤਾ ਹੋਇਆ ਸਭ ਕੁਝ ਜਿਹੜਾ ਉਹ ਇੰਨਾ ਨੌਨ ਟ੍ਰਾਂਸਪੇਰੈਂਟ ਹੈ ਕਿ ਕੁਝ ਪਤਾ ਨਹੀਂ ਲੱਗ ਸਕਦਾ ਕਿ ਅਸਲੀ ਕਹਾਣੀ ਕੀ ਹੈ ਪਤਾ ਸਾਰਿਆਂ ਨੂੰ ਹੈ ਕਿ ਕਿਉਂ ਨਹੀਂ ਕੀਤਾ ਜਾ ਰਿਹਾ ਤੇ ਉਹ ਦੂਸਰੇ ਪਾਸੇ ਸੇਵਾ ਦੇ ਨਾਂ ਤੇ ਭਾਈ ਸੇਵਾ ਕਿਸੇ ਹੋਰ ਨੂੰ ਵੀ ਹੋਲ ਕਰ ਲੈਣ ਤੇ ਉਹ ਸੇਵਾ ਸੇਵਾ ਦਾ ਅਰਥ ਸੇ ਕੌਣ ਨਹੀਂ ਸੇਵਾ ਕਰਨਾ ਚਾਹੁੰਦਾ ਗੁਰੂ ਘਰ ਦੀ ਸੋ ਇਹ ਜਿਹੜੀਆਂ ਗੱਲਾਂ ਨੇ ਮੈਂ ਸਾਮੀਨਾ ਸ਼ਰੋਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਹੋਰ ਜਦੋਂ ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਜਿਵੇਂ ਕਿ ਵਪਾਰਕ ਹਿੱਤਾਂ ਖਾਤਰ ਇਸ ਨੂੰ ਨਾ ਵਰਤਿਆ ਜਾਵੇ ਤੇ ਵਿੱਚ ਆਪਣਾ ਪੱਖ ਵੀ ਵੇਖ ਲੈਣਾ ਚਾਹੀਦਾ। ਸੋ ਸਭ ਲਈ ਮੈਂ ਅੰਤ ਦੇ ਵਿੱਚ ਇਹਨਾਂ ਕਹਿਣਾ ਚਾਹਾਂਗਾ ਕਿ ਸ਼੍ਰੋਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਤਕੜੀ ਹੋ ਕੇ ਸਾਹਮਣੇ ਆਵੇ ਸੰਗਤ ਦੇ ਤੇ ਜਿਸ ਤਰ੍ਹਾਂ ਜੋ ਜੋ ਇਸ ਤੋਂ ਨਿਕਲ ਸਕਦਾ ਹੈ ਤੇ ਜਿੰਨੀ ਪਹੁੰਚ ਇਸ ਦੀ ਹੋ ਸਕਦੀ ਹੈ ਸਾਨੂੰ ਕੀ ਲੋੜ ਹੈ ਇਸ ਜੋਗ ਤੇ ਵਿੱਚ ਬੈਠ ਕੇ ਸਟੈਂਡਰਡ ਡਿਫੀਨੇਸ਼ਨ ਜਿਹੜੀ ਹੈ ਉਹ ਦੇਖੀ ਜਾਈਏ। ਬਿਲਕੁਲ ਦੁਨੀਆ ਕਿਤੇ ਕਿਤੇ ਪਹੁੰਚ ਗਈ ਹੈ ਬਹੁਤ ਹਾਈ ਕਲਾਸ ਗੁਰਬਾਣੀ ਦਾ ਪ੍ਰਸਾਰਣ ਜਿਹੜਾ ਉਹ ਹੋ ਸਕਦਾ ਦੁਨੀਆ ਭਰ ਵਿੱਚ ਬੈਠੇ ਸਿੱਖਣ ਵਾਸਤੇ ਜਾਂ ਨਾਨ ਸਿੱਖ ਵੀ ਸਾਰੇ ਸਾਰੇ ਦੇਖਦੇ ਨੇ ਤੇ ਕਿਉਂ ਨਾ ਹੋਵੇ ਤੇ ਸੋਸ਼ਲ ਮੀਡੀਆ ਤੋਂ ਜੇ ਕੋਈ ਆਮਦਨੀ ਗੁਰੂ ਘਰ ਨੂੰ ਆਉਂਦੀ ਹੈ ਉਸ ਨਾਲ ਹੋਰ ਇੰਨੇ ਜਿਹੜੇ ਚੈਰੀਟੇਬਲ ਕੰਮ ਨੇ ਉਹ ਚਲਾਏ ਜਾ ਸਕਦੇ ਨੇ ਹਰ ਟੂਲ ਜਿਹੜਾ ਵਰਤਿਆ ਜਾਵੇ ਹਾਂ ਕੋਈ ਗੈਰ ਕਾਨੂੰਨੀ ਐਡਵਰਟਾਈਜ਼ਮੈਂਟ ਜਾਂ ਕੋਈ ਹੋਜੀ ਚੀਜ਼ ਨਾ ਹੋਵੇ ਪਰ ਸਿੱਧੇ ਤੌਰ ਤੇ ਇੰਨੀ ਜ਼ਿਆਦਾ ਜੋ ਇੱਕ ਇੱਕ ਇਨਫੋਰਮੇਸ਼ਨ ਸਾਨੂੰ ਮਿਲ ਸਕਦੀ ਹੈ ਤੇ ਆਮਦਨ ਮਿਲ ਸਕਦੀ ਹੈ ਉਹ ਤੇ ਲੋਕਾਂ ਨੂੰ ਦਿੱਤੀ ਜਾਵੇ ਸੰਗਤ ਨੂੰ ਅੱਜ ਦੇ ਪ੍ਰੋਗਰਾਮ ਚ ਬਸ ਇੰਨਾ ਹੀ ਹਿਸਬ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਜਾਣਕਾਰੀ ਸਾਡੇ ਦਰਸ਼ਕਾਂ ਦੇ ਨਾਲ ਸਾਂਝੀ ਕੀਤੀ ਹੈ ਤੇ ਸਾਡੇ ਦਰਸ਼ਕਾਂ ਦਾ ਵੀ ਬਹੁਤ ਬਹੁਤ ਧੰਨਵਾਦ ਕੱਲ ਨੂੰ ਫੇਰ ਇਸੇ ਵੇਲੇ ਨਵੇਂ ਮੁੱਦਿਆਂ ਦੇ ਨਾਲ ਹਾਜ਼ਰੀ ਭਰਾਂਗੇ ਤਦ ਤੱਕ ਲਈ ਸਾਨੂੰ ਦਿਓ ਇਜਾਜ਼ਤ ਤੇ ਤੁਸੀਂ ਜੁੜੇ ਰਹਿਣਾ ਜੀ ਪੰਜਾਬੀ ਨੈਸ਼ਨਲ ਟੀਵੀ ਦੇ ਨਾਲ ਉਮੀਦ ਤੁਹਾਡੀ ਕੋਸ਼ਿਸ਼ ਸਾਡੀ